ਦੇਖੋ ਸਭ ਤੋਂ ਪਹਿਲਾਂ ਜਦੋਂ ਜੂਨ 84 'ਚ ਬਲੂ ਸਟਾਰ ਆਪਰੇਸ਼ਨ ਹੋਇਆ ਤਾਂ ਉਦੋਂ ਇਹਨਾਂ ਨੇ ਗਿਆਨੀ ਕਿਰਪਾਲ ਸਿੰਘ ਜੀ ਹੁੰਦੇ ਸੀਗੇ ਅਕਾਲ ਤਖ਼ਤ ਜਥੇਦਾਰ, ਉਹ ਦਾਖੇ ਆਏ ਮੁੱਲਾਪੁਰ ਦਾਖੇ, ਅਤੇ ਇਹਨਾਂ ਨੇ ਜਿਹੜੀ ਉਹਨਾਂ ਨੇ ਗੱਲ ਕਹੀ ਵੀ ਉੱਥੇ ਤੋਸ਼ਾਖਾਨਾ ਠੀਕ ਹੈ ਸਭ ਕੁਛ, ਉਹਦੇ ਰੋਸ 'ਚ ਆ ਕੇ ਇਹਨਾਂ ਨੇ ਉਹਦੇ ਗੋਲੀਆਂ ਮਾਰੀਆਂ ਉੱਥੇ ਗਿਆਨੀ ਕਿਰਪਾਲ ਸਿੰਘ ਦੇ, ਗੋਲੀਆਂ ਉਹਦੇ ਵੱਜੀਆਂ ਪਰ ਉਹ ਵੱਜ ਗਿਆ ਮਰਿਆ ਨਾ, ਜਿਸ ਕੇਸ ਦੇ ਵਿੱਚ ਇਹ ਭਗੌੜੇ ਹੋ ਗਏ। ਭਗੌੜੇ ਹੋਣ ਤੋਂ ਬਾਅਦ ਇਹ ਚੱਲਦਾ ਰਿਹਾ ਕੰਮ, ਚੱਲਣ ਤੋਂ ਬਾਅਦ 5 ਕਰੋੜ 70 ਲੱਖ ਵਾਲਾ ਹੋ ਗਿਆ। ਇਹਨਾਂ ਦੇ ਨਾਲ ਜਿਹੜਾ ਕੁੱਕੀ ਉਹ ਸੁੱਖੀ ਸੀਗੇ, ਉਹਨਾਂ ਨੇ ਦਿੱਲੀ ਜਿਹੜਾ ਸ਼ੰਕਰ ਦਿਆਲ ਸ਼ਰਮਾ ਸੀ ਉਹਦਾ ਜਵਾਈ ਲਲਿਤ ਮਾਕਨ ਅਤੇ ਉਹਦੀ ਵਾਈਫ ਉਹ ਮਾਰਤੇ, ਅਤੇ ਲਾਸਟ ਜੇ ਮੈਂ ਆ ਕੇ ਜਦੋਂ 95 'ਚ ਮੈਂ CIA ਸੀਗਾ ਲੁਧਿਆਣੇ, ਤਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਵੀ ਨੂਰਪੁਰ ਬੇਦੀ ਦੇ ਕੋਲ ਇੱਦਾਂ ਇੱਦਾਂ ਪਿੰਡ ਹੈ ਅਤੇ ਉੱਥੇ ਇਹ ਰਹਿੰਦਾ, ਇਹਨੂੰ ਪਛਾਣ ਲਿਆ ਸੀ ਬੰਦਿਆਂ ਨੇ, ਲੁਧਿਆਣੇ ਦੇ ਬੰਦੇ ਸੀ, ਉਹਨਾਂ ਨੇ ਜ਼ਮੀਨ ਲਈ ਉੱਥੇ ਜਾ ਕੇ। ਅਸੀਂ ਫਿਰ ਉੱਥੇ ਕੀ ਕੀਤਾ ਵੀ ਜਿੱਥੇ ਇਹਨਾਂ ਦਾ ਘਰ ਸੀਗਾ ਨਾ ਉਹਦੇ ਬਿਲਕੁਲ ਸਾਹਮਣੇ ਟੱਕਰ 'ਤੇ ਇੱਕ TC ਹੈ ਪਹਾੜੀ, ਉਹ ਪਹਾੜੀ ਕਾਨਗੜ੍ਹ ਖੂਹੀ ਰੈਸਟ ਹਾਊਸ ਹੈ ਜੰਗਲਾਤ ਆ, ਕਾਫੀ ਹਾਈਟ 'ਤੇ ਕਾਨਗੜ੍ਹ ਖੂਹੀ। ਅਸੀਂ ਉੱਥੇ ਰਾਤ ਨੂੰ ਜਿਹੜੀ ਦੂਰਬੀਨ ਸੀਗੀ ਉਹ ਨਵੀਂ ਆਈ ਸੀ ਉਦੋਂ, ਉਹ ਅਸੀਂ ਲੈ ਕੇ ਉੱਥੇ ਨਾਈਟ ਵਿਜ਼ਨ ਚਲੇ ਗਏ। ਉੱਥੋਂ ਨਾਈਟ ਵਿਜ਼ਨ 'ਚੋਂ ਸਾਰੀ ਰਾਤ ਅਸੀਂ ਬੈਠ ਕੇ 2 ਦਿਨ ਸਵੇਰ ਤੱਕ ਦੇਖਿਆ, ਇਹਦੀ ਪਛਾਣ ਜਿਹੜੀ ਹੈ ਕਲੀਅਰਲੀ ਸਾਰੀ ਹੋ ਗਈ ਸੀ। ਨਾਲ ਇਹਦੇ ਗਾਮਾ ਸੀ, ਇਹ ਮਕਾਨ 'ਚ ਉੱਥੇ ਰਹਿੰਦੇ ਸੀਗੇ, ਜ਼ਮੀਨ ਇਹਨਾਂ ਨੇ 14 ਕਿੱਲੇ ਉੱਥੇ ਉਹ 5 ਕਰੋੜ 70 ਲੱਖ 'ਚੋਂ ਲਈ ਸੀਗੀ। ਕੁਛ ਦਰਿਆ ਦੇ ਪਾਰ ਜਾ ਕੇ 40 ਕਿੱਲੇ ਇਹਨਾਂ ਨੇ ਉਹ ਰਹਿਣ ਲੈ ਲਈ ਸੀਗੀ ਗਹਿਣੇ, ਉੱਥੇ ਕਮਾਦ ਬੀਜਦੇ ਸੀ ਬਰਸਾਤਾਂ 'ਚ, ਉੱਥੇ ਪਾਣੀ 10-10 ਫੁੱਟ ਆ ਜਾਂਦਾ ਸੀ, ਇਹ ਫਿਰ ਕਮਾਦ ਬੀਜ ਕੇ ਇੱਧਰ ਆ ਜਾਂਦੇ, ਉੱਧਰ ਜਾਂਦੇ ਨਹੀਂ ਸੀ। ਫਿਰ ਪਾਣੀ ਉਤਰਨ ਤੋਂ ਬਾਅਦ ਇਹ ਜਾ ਕੇ ਉੱਥੇ ਰਾਤ ਨੂੰ ਇਹਨਾਂ ਨੇ 4 ਵਜੇ ਦਰ ਬੰਨ੍ਹ ਕੇ ਲੱਕੜਾਂ ਵਿੱਚ ਫੱਟੇ ਪਾ ਕੇ ਪੌੜੀ ਲਾ ਕੇ ਉੱਥੇ ਚੜ੍ਹ ਕੇ ਪੌੜੀ ਰੱਖ ਲੈਂਦੇ ਸੀ, ਉੱਥੇ ਸੌਂਦੇ ਸੀ। ਜਦੋਂ ਅਸੀਂ ਦੇਖ ਲਿਆ ਸਾਰਾ ਸਿਸਟਮ ਸਾਨੂੰ ਹੋ ਗਿਆ ਹਿਸਾਬ ਕਿਤਾਬ ਵੀ ਇੱਥੇ ਰਹਿੰਦੇ, ਅਸੀਂ 8 ਵਜੇ ਸਾਰਾ ਇਕੱਠ ਕੀਤਾ ਸੀ, ਇਹ 4 SHO ਸੀਗੇ ਉਹਨਾਂ ਨੂੰ ਬੁਲਾ ਕੇ, ਅਤੇ 2-3 ਬੁਲਾਏ ਮੁੰਡੇ SPO, ਉਹਨਾਂ ਨੂੰ ਇੱਕ ਪੌੜੀ ਦਿੱਤੀ ਵੀ ਇਹ ਪੌੜੀ ਤੁਸੀਂ ਐਲਬਮ ਦੇ ਨਾਲ ਬੰਨ੍ਹੋ ਸਾਈਡ 'ਤੇ। ਉਸ ਤੋਂ ਬਾਅਦ ਅਸੀਂ ਉੱਥੇ ਚੱਲ ਪਏ, ਸਾਨੂੰ ਬੰਦੇ ਨੇ ਦੱਸਿਆ ਵੀ ਇੱਦਾਂ ਦਾ ਜਿਹੜਾ ਉੱਥੇ ਕੁੱਤੇ ਨੇ ਜੋੜਾ ਉਹਨਾਂ ਕੋਲ, ਅਤੇ ਉਹ ਕੁੱਤੇ ਬੜੇ ਖਤਰਨਾਕ ਨੇ ਬੁਲੀ। ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ, ਇੱਕ ਬੰਦੇ ਦੀ ਡਿਊਟੀ ਲਾਈ ਵੀ ਤੂੰ ਭਈਆ 12 ਫੁੱਟ ਬੰਦੂਕ ਰੱਖ, ਜੇ ਕੁੱਤੇ ਚੰਬੜ ਚੁੰਬੜ ਲੱਗੇ ਤਾਂ ਉਹਨਾਂ ਦੇ ਗੋਲੀ ਮਾਰ ਦੀ। ਅਸੀਂ 2 ਕਿਲੋਮੀਟਰ ਇਹਨਾਂ ਦੇ ਘਰ ਤੋਂ ਉਰੇ ਪਾਸੇ ਗੱਡੀਆਂ ਰੋਕਤੀਆਂ, ਪੌੜੀ ਚੁਕਾਈ, ਬੰਦੇ ਨੇ ਪੈਦਲ ਅਸੀਂ ਤੁਰਦੇ ਚਲੇ ਗਏ। ਗੇਟ ਦੇ ਕੋਲ ਮੈਂ ਪੌੜੀ ਲਾ ਕੇ ਉੱਤੋਂ ਛਾਲ ਮਾਰ ਕੇ ਗੇਟ ਖੋਲ੍ਹਤਾ, ਫੋਰਸ ਅੰਦਰ ਆ ਗਈ। ਇਹਦੀ ਵਾਈਫ ਇਹਦੇ ਬੱਚੇ ਵਿਹੜੇ ਥੱਲੇ ਮੰਜੇ 'ਤੇ ਪਏ ਸੀ, ਸਾਈਡ 'ਤੇ ਖੱਬੇ ਹੱਥ ਪੌੜੀ ਸੀ, ਪੌੜੀ ਚੜ੍ਹ ਕੇ ਜਦੋਂ ਮੈਂ ਉੱਤੇ ਗਿਆ, ਗਾਮਾ ਇੱਕ ਮੰਜੇ 'ਤੇ ਅਤੇ ਬਿੱਟੂਏ ਪਏ ਸੀਗੇ ਲੰਬੇ। ਯੂਨੀਵਰਸਿਟੀ ਮੈਂ ਵੀ ਥੋੜ੍ਹੀ ਦੇਰ ਉੱਥੇ ਰਿਹਾ, ਰਹਿਣ ਕਰਕੇ ਮੇਰਾ ਹੀ ਜਾਣੂ ਵੀ ਸੀਗੇ, ਇਹ ਮੈਨੂੰ ਦੇਖਦੇ ਸਰ ਕਹਿੰਦਾ ਪਿੰਕੀ ਭਾਅ ਜੀ ਮੰਗਾਵਾਂ ਜੀ, ਨਾਲ ਮੇਰੇ DSP ਮਨਮੋਹਨ ਸਿੰਘ। ਮਨਮੋਹਨ ਸਿੰਘ ਨੇ ਆਵਾਜ਼ ਮਾਰੀ ਕਹਿੰਦਾ ਪਿੰਕੀ ਗਾਮਾ ਮੇਰੇ ਕੋਲ, ਮੈਂ ਜੀ ਕੋਈ ਨਹੀਂ ਬਿੱਟੂ ਹੈਗਾ ਇੱਧਰ। ਅਸੀਂ ਥੱਲੇ ਆ ਗਏ, ਆ ਕੇ ਸਰਚ ਕੀਤੀ, ਇਹਨਾਂ ਨੂੰ ਗੱਡੀਆਂ 'ਚ ਬਿਠਾਇਆ, ਬਿਠਾ ਕੇ ਅਸੀਂ CIA ਆ ਗਏ। ਅਨਿਲ ਸ਼ਰਮਾ ਜੀ SSP ਸੀਗੇ, ਉਹ CIA ਆ ਗਏ। ਚਲੋ 4:30-4 ਵਜੇ ਤੱਕ ਸਵੇਰੇ ਉੱਥੇ ਬੈਠੇ ਰਹੇ, ਮੇਰੀ ਉਹਨਾਂ ਨੇ ਡਿਊਟੀ ਲਾਈ ਵੀ ਤੁਸੀਂ ਇੱਦਾਂ ਕਰੋ। DGP ਸਾਹਿਬ ਨੇ ਉੱਥੇ ਨਵੇਂ ਗਰਾਊਂਡ ਦੇ ਕੋਲ ਨਾ ਇੱਕ ਰੈਸਟ ਹਾਊਸ ਸੀ ਜਿੱਥੇ ਗੁਰਕੀਰਤ ਨੂੰ ਠਹਿਰਾਇਆ ਸੀਗਾ, ਸਿਉਂਕ ਰੈਸਟ ਹਾਊਸ ਦੇ ਵਿੱਚ ਆਉਣਾ, ਤੁਸੀਂ ਇਹਨਾਂ ਦੋਨਾਂ ਨੂੰ ਲੈ ਕੇ ਸਿਉਂਕ ਰੈਸਟ ਹਾਊਸ ਪਹੁੰਚੋ। ਮੈਂ ਕਿਹਾ ਜੀ ਵੀ ਜਿਹੜਾ ਸਿਉਂਕ ਰੈਸਟ ਹਾਊਸ ਮੈਨੂੰ ਪਤਾ ਨਹੀਂ। ਉਹ ਮੈਨੂੰ ਕਹਿੰਦੇ ਵੀ ਤੁਸੀਂ PGI ਦੇ ਬਾਹਰ ਇੱਕ ਜਿਪਸੀ ਖੜ੍ਹੀ ਹੋਏਗੀ, ਤੁਸੀਂ ਚੱਲ ਜਾਓ ਉੱਥੇ। ਅਤੇ ਅਸੀਂ ਇੱਦਾਂ ਹੀ ਦੋਨਾਂ ਨੂੰ ਬਿਠਾ ਕੇ ਜਿਪਸੀ 'ਚ ਉੱਥੇ ਲੈ ਗਏ, ਅਤੇ ਅੱਗੋਂ ਪਾਇਲਟ ਲੱਗ ਗਈ, ਪਾਇਲਟ ਆਏ ਸਾਨੂੰ ਸਿਉਂਕ ਰੈਸਟ ਹਾਊਸ ਲੈ ਗਏ। ਉੱਥੇ DGP ਸਾਹਿਬ ਆ ਗਏ,
ਤੇ ਦੋ ਤਿੰਨ ਅਫਸਰ ਹੋਰ ਸੀਗੇ ਇਹਨਾਂ ਦੀ ਮੁਕੰਮਲ ਉੱਥੇ ਪੁੱਛਗਿੱਛ ਜਿਹੜੀ ਹੈ ਸ਼ੁਰੂ ਹੋ ਗਈ ਮੈਂ ਤਾਂ ਤਿੰਨ ਚਾਰ ਦਿਨ ਦਾ ਨੀਂਦਾ ਸੀਗਾ ਸੁੱਤੇ ਹੀ ਨਹੀਂ ਸੀ ਮੈਂ ਉੱਥੇ ਹੀ ਕੱਪੜਾ ਸਿੱਟ ਕੇ ਉੱਥੇ ਲੰਮਾ ਪੈ ਗਿਆ ਸ਼ਾਮ ਨੂੰ 6 ਵਜੇ ਮੈਨੂੰ ਕਹਿੰਦੇ ਵੀ ਤੁਸੀਂ ਲੈ ਜਾਓ ਇਹਦੀ ਅਰੈਸਟ ਪਾ ਕੇ ਇਹਨੂੰ ਪੇਸ਼ ਕਰੋ ਕੋਰਟ ਚਲੋ ਉਹਦੇ ਵਿੱਚ ਅਸੀਂ ਅਰੈਸਟ ਪਾਈ ਇਹਨੂੰ ਪਾ ਕੇ ਕੋਰਟ 'ਚ ਪੇਸ਼ ਕਰਤਾ ਪੇਸ਼ ਕਰਨ ਤੋਂ ਬਾਅਦ ਸਵੇਰੇ ਜਦੋਂ ਉੱਥੇ ਅਸੀਂ ਗਏ ਕੋਰਟ 'ਚ ਦੁਆਰਾ ਤਾਂ ਉੱਥੇ ਇਹਦੀ ਮਾਂ ਸਾਰੇ ਬਿੱਟੂ ਦੇ ਵਗੈਰਾ ਆਏ ਹੋਏ ਸੀਗੇ ਉਹ ਮਿਲੇ ਮੁੜੇ ਉੱਥੇ ਇਹ ਤਕਰੀਬਨ ਸਾਡੇ ਕੋਲ ਮਹੀਨੇ ਦੇ ਕਰੀਬ 4-5 ਪਰਚੇ ਜਿਹੜੇ ਅਲੱਗ ਅਲੱਗ ਦਰਜ ਕੀਤੇ 27 ਦੇ ਬਿਆਨ 'ਤੇ ਉਹਦੇ 'ਚ ਇਹ ਰਿਹਾ ਉਹਦੇ ਵਿੱਚ ਉਹਨਾਂ ਨੇ ਸਾਰੀ ਪੁੱਛ ਗਿੱਛ ਦੌਰਾਨ ਦੱਸਿਆ ਇਹਦੇ ਕੋਲ ਕੋਈ ਵੈਪਨ ਕੋਈ ਕੁਛ ਨਹੀਂ ਸੀਗਾ ਉਹ 1 ਜਾਂ 2 ਜਿਹੜੇ ਸੀਗੇ ਵੈਪਨ ਉਹ ਉੱਥੋਂ ਬਰਾਮਦ ਹੋਏ ਸੀਗੇ ਜਿਹੜੀ ਇਹਨਾਂ ਦਾ ਘਰ ਸੀਗਾ ਖਾਨਗੜ ਖੁਸ਼ੀ ਅਤੇ ਉਸ ਦੇ ਮੁਤਾਬਕ ਇਹਦੀ ਅਰੈਸਟ ਪੈ ਗਈ ਅਰੈਸਟ ਪੈਣ ਤੋਂ ਬਾਅਦ ਇਹ ਕੁਛ ਦੇਰ ਕਰੀਬ 8-10 ਸਾਲ ਦੇ ਇੱਕ ਇਹਨਾਂ ਨੇ ਰਾਜਕਿਸ਼ਨ ਬੇਦੀ ਦਾ ਜਿਹੜਾ ਬੇਟਾ ਸੀ ਅਸ਼ੋਕ ਉਹ ਮਾਰਿਆ ਸੀ ਉਹਦੇ ਚਲਾਣ ਹੋਇਆ ਇੱਕ ਏਆਲੀ ਬੈਂਕ ਸੀਗਾ ਏਆਲੀ ਬੈਂਕ 'ਚ ਉਹਦੇ 'ਚ ਅਰੈਸਟ ਪਾਈ ਫਿਰ 5 ਕਰੋੜ 70 ਲੱਖ ਵਾਲੇ ਬੈਂਕ 'ਚ ਸੀਗੀ ਇੱਕ IG ਜੇਲ੍ਹ ਕਟੋਚ 'ਚ ਮਾਰਿਆ ਸੀ ਇਹਨਾਂ ਨੇ ਚੰਡੀਗੜ੍ਹ ਉਹ ਕਟੋਚ ਵਾਲੇ 'ਚ ਵੀ ਚੰਡੀਗੜ੍ਹ ਪੁਲਿਸ ਨੂੰ ਇਨਫੋਰਮ ਕਰਤਾ ਸੀ ਵੀ ਸਾਡੇ ਬੰਦਿਆਂ ਨੇ ਸ਼ਾਪ ਕੀਤਾ ਲੈ ਜਾਓ ਇਹਨਾਂ ਨੂੰ ਆਹ ਇਹਨਾਂ ਦਾ ਕ੍ਰਾਈਮ ਸੀਗਾ ਅਤੇ ਆਹ ਇਹਨਾਂ ਦੀ ਜਿਹੜੀ ਇੱਦਾਂ ਅਰੈਸਟ ਹੋਈ ਹੈ ਅਰੈਸਟ ਹੋਣ ਤੋਂ ਬਾਅਦ ਹੁਣ ਦਲਜੀਤ ਬਿੱਟੂ ਦੇ ਉਹ 2 ਜਣੇ ਬਾਹਰ ਆ ਗਏ ਨੇ ਲੁਧਿਆਣੇ ਉਹਨੇ ਮੈਰਿਜ ਕਰਾ ਲਈ ਹੈ ਜਿਹੜਾ ਗਾਮਾ ਸੀਗਾ ਗਾਮੇ ਦੇ ਭਰਾ ਦੀ ਬੇਟੀ ਦੀ ਮੈਰਿਜ ਇਹਦੇ ਨਾਲ ਹੋ ਗਈ ਉਹਨੇ ਆਪਣੀ ਭਤੀਜੀ ਬਿੱਟੂ ਨਾਲ ਵਿਆਹ ਤੀ ਅਤੇ ਗਾਮੇ ਦੇ ਕੋਲ ਜਿਹੜਾ ਛੰਦੜਾ ਪਿੰਡ ਹੈ ਉਹਦੇ ਸਹੁਰੇ ਨੇ ਛੰਦੜਾ ਇਹਦੀ ਜਿਹੜੀ ਵਾਈਫ ਹੈ ਉਹ ਹੈਗੀ ਇਕੱਲੀ ਇਕੱਲੀ ਉਹਦਾ ਭਰਾ ਹੋਰ ਕੋਈ ਨਹੀਂ ਗਾ ਇਹਨਾਂ ਨੂੰ ਜ਼ਮੀਨ ਛੰਦੜਾ ਵੀ ਆਉਂਦੀ ਹੈ ਅਤੇ ਜੋਧਾ ਵੀ ਹੈਗੀ ਹੈ ਇਹਨਾਂ ਦੀ ਗਾਮੇ ਉਹਨਾਂ ਦੀ ਆਹ ਇਹਨਾਂ ਦੀ ਕਹਾਣੀ ਹੈ ਬਿੱਟੂ ਦੀ ਅਤੇ ਗਾਮੇ ਦੀ